ਵਾਹਿਗੁਰੂ ਜੀ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਖੀ ਵਿਆਦੀ ਆਲਸੀ, ਕੁਮਤ ਰਸਕ ਬਹੁ ਸੋਏ, ਤਿੰਨ ਅਧਿਕਾਰ ਨਾ ਸ਼ਸਤਰ ਕੋ, ਖੱਟ ਦੋਖੀ ਜਨ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸੰਤ ਮਹਾਤਮਾ, ਅਕਾਲ ਪੁਰਖ ਪਰਮਾਤਮਾ ਰੂਪ, ਗੁਰੂ ਜਨ ਅਤੇ ਵਿਦਿਆਰਥੀਗਣ, ਅੱਜ ਸਾਰ ਤਾਵਲੀ ਦਾ ਤੀਜੇ ਦਿਹਾਈ ਦਾ ਦੂਜਾ ਬੰਦ ਹੈ। ਸਾਰ ਤਾਵਲੀ ਦਾ ਤੀਜਾ ਦਿਹਾਈ, ਇਹਦਾ ਦੂਜਾ ਪਾਠ ਹੈ, ਦੂਜਾ ਚਰਨ ਹੈ। ਆਓ ਇਸ ਜਿਹੜੇ ਵਿਚਾਰ ਸ਼੍ਰਵਣ ਕਰੀਏ ਜੀ। ਦੋਹਰਾ ਸੁਖੀ ਵਿਆਦੀ ਆਲਸੀ, ਕੁਮਤ ਰਸਕ ਬਹੁ ਸੋਏ। ਜਿਹੜਾ ਸ਼ਾਸਤਰ ਹੈ, ਸ਼ਾਸਤਰ ਕਹਿੰਦੇ ਧਰਮ ਗ੍ਰੰਥ, ਵਿੱਦਿਆ ਲੈਣੀ, ਐਜੂਕੇਸ਼ਨ ਲੈਣੀ, ਜਾਂ ਆਮ ਅਸੀਂ ਕਿਤਾਬ ਸਮਾਜ ਵੀ ਪੜ੍ਹਦੇ ਹਾਂ, ਪੜ੍ਹਾਈ ਕਰਦੇ ਹਾਂ ਨਾ, ਉਹ ਪੜ੍ਹਾਈ ਪੜ੍ਹਨ ਦਾ ਅਧਿਕਾਰ ਕਿਹਨੂੰ ਹੈ? ਕੌਣ ਪੜ੍ਹ ਸਕਦਾ, ਕੌਣ ਨਹੀਂ ਪੜ੍ਹ ਸਕਦਾ? ਸੁਖੀ ਜਿਹੜਾ ਬੰਦਾ ਸੁਖੀ ਹੈ, ਉਹ ਨਹੀਂ ਪੜ੍ਹ ਸਕਦਾ। ਜਿਵੇਂ ਆਮ ਦੁਨੀਆ ਵਿੱਚ ਜਿਹੜੇ ਬੰਦੇ ਬਹੁਤ ਬੱਚੇ ਅਮੀਰ ਹੈ ਪਹਿਲਾਂ ਹੀ, ਸੁੱਖ 'ਚ ਰਹਿਣ ਵਾਲੇ, ਸੁੱਖ 'ਚ ਪੜ੍ਹਾਈ ਨਹੀਂ ਹੁੰਦੀ, ਪੜ੍ਹਾਈ ਦੁਖੀ 'ਚ ਹੁੰਦੀ। ਸਾਰੀ ਰਾਤ ਜਾਗਣਾ ਪੈਂਦਾ, 10-12 ਵਜੇ ਪੜ੍ਹਨਾ ਪੈਂਦਾ, IPS PCS ਪੜ੍ਹਨ ਲਈ 18-18 ਘੰਟੇ ਪੜ੍ਹਾਈ ਕਰਨੀ ਪੈਂਦੀ, ਤੁਸੀਂ ਪੜ੍ਹਾਈ ਕੀਤੀ ਕਈ ਘੰਟੇ, ਇਸੇ ਤਰ੍ਹਾਂ MD MBBS ਪੜ੍ਹਾਈ ਕਰਨੀ ਪੈਂਦੀ। ਇਸੇ ਤਰ੍ਹਾਂ ਸ਼ਾਸਤਰਾਂ ਦੀ ਪੜ੍ਹਾਈ ਹੈ ਜਿਹੜੀ, ਇਹ ਪੜ੍ਹਾਈ ਹੈ, ਇਹ ਉਸ ਤੋਂ ਵੀ ਕਠਿਨ ਹੈ। ਤੁਹਾਡੀ ਪੜ੍ਹਾਈ ਤਾਂ ਚਲੋ ਜੇ ਕਹਿ ਲਓ ਸਾਲ ਬਾਅਦ ਤੁਹਾਨੂੰ ਰਿਜ਼ਲਟ ਆ ਹੀ ਜਾਣਾ ਨਾ, ਪਰ ਇਹਦਾ ਰਿਜ਼ਲਟ ਆਉਂਦਾ ਜਦੋਂ ਹਿਰਦੇ ਵਿੱਚ ਖੜਾਵ ਆਉਂਦਾ, ਮਨ ਵਿੱਚ ਇਹ ਬਾਣੀ ਦਾ ਵਾਸਾ ਹੈ, ਨਾਮ ਦਾ ਵਾਸਾ ਹੋ ਜਾਵੇ, ਉਦੋਂ ਅਸਲ ਰਿਜ਼ਲਟ ਆਉਂਦਾ। ਇਸ ਕਰਕੇ ਸੁਖੀ ਬੰਦਾ, ਸੁਖੀ ਜਿਹੜਾ ਬੰਦਾ ਸੁਖੀ ਹੈ, ਉਹ ਸ਼ਾਸਤਰ ਦਾ ਅਧਿਕਾਰੀ ਨਹੀਂ। ਵਿਆਧੀ ਕਹਿੰਦੇ ਬਿਮਾਰ, ਜਿਹਨੂੰ ਬਿਮਾਰੀ ਗ੍ਰਸਤ ਹੈ, ਬਿਮਾਰੀ ਜਿਹਨੂੰ ਆ ਕੇ ਗਲਤਾਨ ਕਰ ਰਹੀ ਹੈ, ਗ੍ਰਸੀ ਹੋਈ ਹੈ। ਵਿਆਧੀ ਐਸਾ ਬਿਮਾਰ ਬੰਦਾ ਨਹੀਂ ਪੜ੍ਹ ਸਕਦਾ, ਰੋਗੀ ਬੰਦਾ, ਜਿਹੜਾ ਰੋਗੀ ਬੈੱਡ 'ਤੇ ਪਿਆ, ਉਹਨੂੰ ਦਰਦ ਹੀ ਸਰੀਰ 'ਤੇ ਹੋ ਹੀ ਜਾਂਦਾ, ਅੰਦਰੋਂ ਸਰੀਰ ਦਰਦ ਹੋ ਜਾ ਰਿਹਾ, ਵੈਸੇ ਚਿੰਤਾ ਵਿਆਪਦੀ ਕੋਈ ਨਾ ਕੋਈ ਰੋਗ, ਅਤੇ ਰੋਗੀ ਬੰਦਾ ਵੀ ਨਹੀਂ ਪੜ੍ਹ ਸਕਦਾ। ਆਲਸੀ ਜਿਹੜਾ ਬੰਦਾ ਆਲਸੀ ਹੈ, ਪੜ੍ਹਨ ਵੇਲੇ ਨੂੰ ਨੀਂਦ ਆ ਗਈ, ਜਾਂ ਵੈਸੇ ਛੱਡ ਪਰੇ ਹੋਰ ਫਿਰ ਪੜ੍ਹਾਂਗਾ, ਆਲਸ ਬੰਦਾ, ਆਲਸੀ ਬੰਦਾ ਨਹੀਂ ਪੜ੍ਹ ਸਕਦਾ। ਕੁਮੱਤ ਜਿਹਦੀ ਮੱਤ ਕਹਿੰਦੇ ਭੈੜੀ ਹੈ, ਭਾਵ ਮੱਤ ਹੈ ਨਹੀਂ, ਤੁਛ ਬੁੱਧੀ ਵਾਲਾ, ਉਹਨੂੰ ਸਮਝ ਨਹੀਂ ਆਉਂਦਾ, ਉਹਨੂੰ ਕੀ ਪੱਲੇ ਪਵੇਗਾ। ਜਿਵੇਂ ਆਮ ਹੁੰਦਾ ਨਾ, ਜੇ ਕਹਿੰਦੇ ਨੋਰਮਲ ਬੁੱਧੀ ਵਾਲਾ ਉਹ ਆਰਟਸ ਲੈਂਦਾ, ਥੋੜ੍ਹਾ ਜਿਹਾ ਹਾਈ ਬੁੱਧੀ ਵਾਲਾ ਲੈਂਦਾ ਕਾਮਰਸ, ਜਿਹੜਾ ਉਸ ਤੋਂ ਜਿਹੜੀ ਹਾਈ ਬੁੱਧੀ ਵਾਲਾ ਲੈਂਦਾ ਨੋਨ ਮੈਡੀਕਲ ਲੈਂਦਾ, ਮੈਡੀਕਲ ਕੋਈ ਵਿਰਲਾ ਹੀ ਲੈਂਦਾ। ਇਸੇ ਤਰ੍ਹਾਂ ਜਿਹੜਾ ਕਹਿੰਦੇ ਆਲਸੀ ਕੁਮੱਤ ਬੰਦਾ ਨਾ, ਜਿਹਦੀ ਬੁੱਧੀ ਹੈ ਹੀ ਨਹੀਂ, ਉਹ ਨਾ ਪੜ੍ਹੇ। ਰਸਕ ਰਸ ਖਾਣ ਵਾਲਾ, ਕੁਝ ਨਾ ਕੋਈ ਖਾਣ ਪੀਣ ਵਾਲਾ, ਵੀ ਇਹ ਖਾ ਲਵਾਂ ਉਹ ਖਾ ਲਵਾਂ, ਸਵਾਦੀ ਬੰਦਾ, ਉਹ ਬੰਦਾ ਵੀ ਨਹੀਂ ਪੜ੍ਹ ਸਕਦਾ। ਬਹੁ ਸੋਏ ਹਰ ਵੇਲੇ ਸੌਣ ਵਾਲਾ ਬੰਦਾ, ਜਿਹਨੇ ਸੋਣਾ ਹੀ ਹਰ ਵੇਲੇ, ਉਹ ਵੀ ਨਹੀਂ ਪੜ੍ਹ ਸਕਦਾ। ਇਹ 6 ਲਿਖੇ ਹਨ, ਅੱਗੇ ਸੁਣੋ ਜੀ। ਤਿੰਨ ਅਧਿਕਾਰ ਨਾ ਸ਼ਾਸਤਰ ਕੋ, ਖੱਟ ਦੋਖੀ ਜਨ ਜੋਏ। ਖੱਟ ਕਹਿੰਦੇ 6, ਸੰਸਕ੍ਰਿਤ ਦਾ ਸ਼ਬਦ ਹੈ ਖੱਟ, ਜਿਹਦੇ ਵਿੱਚ 6 ਦੋਖ ਹੁੰਦੇ ਹਨ ਜਿਸ ਬੰਦੇ ਵਿੱਚ, ਮਨ ਵਿੱਚ, ਜਿਹੜਾ ਬੰਦਾ ਆਲਸੀ ਹੈ, ਸੁਖੀ ਹੈ, ਰੋਗੀ ਹੈ, ਉਹ ਸੌਣ ਵਾਲਾ ਹੈ, ਉਹ ਖਾਣ ਵਾਲਾ ਹੈ, ਉਹਨੂੰ ਕੀ ਹੈ? ਸ਼ਾਸਤਰ ਦਾ ਅਧਿਕਾਰ ਨਹੀਂ। ਸ਼ਾਸਤਰ ਕਹਿੰਦੇ ਧਰਮ ਗ੍ਰੰਥਾਂ ਦਾ, ਗੁਰਬਾਣੀ ਦਾ, ਨਾਮ ਜਪਣ ਦਾ, ਜਾਂ ਵਿੱਦਿਆ ਦਾ, ਵਿੱਦਿਆ ਨਾ ਪੜ੍ਹੇ, ਉਹਨੂੰ ਅਧਿਕਾਰ ਨਹੀਂ। ਅਧਿਕਾਰ ਹੀ ਕਹਿੰਦੇ ਵੀ ਲੋੜਵੰਦ, ਉਹ ਲੋੜਵੰਦ ਨਹੀਂ, ਉਹ ਵਿੱਦਿਆ ਨਾ ਪੜ੍ਹੇ, ਉਹ ਕੀ ਕਰੇ? ਰੱਬ ਦਾ ਭਜਨ ਹੀ ਕਰੇ ਬਸ, ਉਹਦੇ ਲਈ ਇਹੀ ਚੰਗਾ ਹੈ। ਸ਼ੰਕਰ ਛੰਦ ਕਛ ਕ੍ਰਿਤ ਸਨੇਹ ਨਾ ਲਵਣ, ਤੁੰਦਲ ਤਕਰ ਧਾਮ ਨਾ ਦਾਮ। ਤੰਦੁਲ ਜਿਹਦੇ ਘਰ ਵਿੱਚ ਘਿਓ ਨਹੀਂ, ਜਿਹੜਾ ਬੰਦਾ ਗ੍ਰਸਤੀ ਹੈ, ਉਹ ਪੜ੍ਹਨਾ ਚਾਹੁੰਦਾ ਹੈ ਪਰ ਘਰ ਵਿੱਚ ਚਿੰਤਾ ਹੈ ਵੀ ਘਿਓ ਨਹੀਂ ਹੈਗਾ, ਸਨੇਹ ਕਹਿੰਦੇ ਤੇਲ ਨਹੀਂ ਹੈਗਾ, ਲਵਣ ਕਹਿੰਦੇ ਲੂਣ ਵੀ ਨਹੀਂ ਹੈਗਾ, ਲੂਣ ਨਮਕ ਸਾਲਟ ਜਿਹਨੂੰ ਕਹਿੰਦੇ ਆ, ਅਤੇ ਤੰਦੁਲ ਚਾਵਲ ਰਾਈਸ ਵੀ ਨਹੀਂ ਹੈਗੇ, ਚੱਕਰ ਤੱਕਰ ਹੁੰਦੀ ਲੱਸੀ ਜਿਹੜੀ ਆਮ ਅਸੀਂ ਪੀਂਦੇ ਹਾਂ ਬਾਜ਼ਾਰ ਵਿੱਚ, ਲੱਸੀ ਵੀ ਨਹੀਂ,
ਧਾਮ ਨਾ ਦਾਮ, ਜਿਹਦੇ ਘਰ 'ਚ ਪੈਸਾ ਵੀ ਨਹੀਂ, ਜਿਹਦੇ ਘਰ 'ਚ ਲੱਸੀ ਨਹੀਂ, ਪੈਸਾ ਨਹੀਂ, ਘਿਓ ਨਹੀਂ, ਲੂਣ ਨਹੀਂ, ਕੋਈ ਸਮਾਨ ਹੈ ਹੀ ਨਹੀਂ, ਅਤੇ ਐਸਾ ਬੰਦਾ ਜਾਂ ਸੰਚਰੀ ਜਿਹੇ ਚਿੱਤ ਚਿੰਤਾ ਧਾਮ ਕੀ ਦੁੱਖ ਧਾਮ, ਜਿਹਦੇ ਮਨ ਵਿੱਚ ਇਹਨੂੰ ਇਕੱਠਾ ਕਰਨ ਦੀ ਚਿੰਤਾ ਹੈ ਨਾ ਕਿ ਮੈਂ ਘਰ ਜਾ ਕੇ ਹੁਣ ਸਮਾਨ ਲੈ ਕੇ ਆਉਣਾ ਬਾਜ਼ਾਰੋਂ, ਉੱਥੋਂ ਪੈਸਾ ਇਕੱਠਾ ਕਰਕੇ ਉਹ ਸਮਾਨ ਲੈ ਕੇ ਆਉਣਾ, ਧਿਆਨ ਤਾਂ ਪੈਸੇ ਕਮਾਉਣ ਵਿੱਚ ਹੈ, ਉਹ ਬੰਦਾ ਕੀ ਪੜੇਗਾ। ਜਾਂ ਸੰਚਰੀ ਇਹਨਾਂ ਨੂੰ ਇਕੱਠਾ ਕਰਨ ਦੀ ਜਿਹੇ ਚਿੱਤ ਜਿਹਦੇ ਮਨ ਵਿੱਚ ਚਿੰਤਾ ਹੈ, ਉਹ ਬੰਦੇ ਦਾ ਹਿਰਦਾ ਨਹੀਂ, ਉਹ ਘਰ ਨਹੀਂ, ਉਹ ਤਾਂ ਦੁੱਖਾਂ ਦਾ ਘਰ ਹੈ। ਕਹਿੰਦੇ ਉਹ ਤਾਂ ਦੁੱਖਾਂ ਦਾ ਘਰ ਹੈ। ਧਾਮ ਕੀ ਧਾਮ, ਕਹਿੰਦੇ ਘਰ ਦੀ ਇਕੱਠਾ ਕਰਨ ਦੀ ਧਾਮ, ਦੁੱਖ ਧਾਮ ਉਹ ਦੁੱਖਾਂ ਦਾ ਘਰ ਹੈ, ਜਿਹਦੇ ਮਨ ਵਿੱਚ ਲੂਣ ਦੀ, ਮਿਰਚ ਦੀ, ਲਸਣ ਦੀ, ਪਿਆਜ਼ ਸਬਜ਼ੀ ਦੀ, ਘਿਓ ਦੀ, ਇਹ ਸਮਾਨ ਇਕੱਠਾ ਕਰਨ ਦੀ ਜਿਹਦੀ ਇੱਛਾ ਹੈ ਨਾ, ਉਹ ਬੰਦਾ ਪਹਿਲਾਂ ਹੀ ਦੁੱਖਾਂ ਦਾ ਘਰ ਹੈ। ਜਿਹਨੂੰ ਕਹਿ ਲਓ ਕੋਈ ਆਮ ਦੁਨੀਆਂ 'ਚ ਲੋਕ ਤੰਗ ਕਰਦੇ ਹਨ, ਉਹ ਕੀ ਪੜੇਗਾ, ਮਨ ਨਹੀਂ ਲੱਗਦਾ ਨਾ। ਇਸੇ ਤਰ੍ਹਾਂ ਭਾਈ ਨਾਸ ਪ੍ਰਾਕ ਅਗਮ ਕੀ ਆਗਮ ਕੀ ਆਗਮ ਕੀ ਬੁੱਧ ਮੂੜ ਮੋਹਿਓ ਬਾਮ। ਭਾਈ ਕਹਿੰਦੇ ਹੋ ਗਈ, ਨਾਸ ਖਤਮ, ਐਂਡ ਪ੍ਰਾਕ ਆਗਮ ਕੀ, ਉਹਦੀ ਜਿਹੜੀ ਵੇਦ ਸ਼ਾਸਤਰ ਪੜ੍ਹਨ ਦੀ ਬੁੱਧੀ ਹੈ, ਅਕਲ ਹੈ, ਸਿਆਣਪ ਹੈ, ਉਹ ਖਤਮ ਹੋ ਜਾਂਦੀ, ਕਿਉਂਕਿ ਧਿਆਨ ਤਾਂ ਉਹਦਾ ਰਹਿੰਦਾ ਸਮਾਨ ਇਕੱਠਾ ਕਰਨ ਵਿੱਚ। ਐਸੀ ਜਿਹਦੀ ਬੁੱਧੀ ਖਤਮ ਹੋ ਗਈ ਵੇਦ ਸ਼ਾਸਤਰ ਪੜ੍ਹਨ ਦੀ, ਉਹ ਕੀ ਕਰੇ, ਮੂੜ ਬੋਹਿਓ ਬਾਮ। ਬਾਮ ਕਹਿੰਦੇ ਘਰ ਵਾਲੀ, ਘਰ ਵਾਲੀ ਮੰਗਦੀ ਇਹ ਸਮਾਨ ਲੈ ਕੇ ਆਓ, ਸਮਾਨ ਲੈ ਕੇ ਆ, ਘਰ ਵਾਲੀ ਤਾਂ ਮੰਗਣਾ ਹੀ ਹੈ, ਬੱਚਿਆਂ ਲਈ ਇਹ ਸਮਾਨ ਲੈ ਕੇ ਆਓ, ਉਹ ਸਮਾਨ ਲੈ ਕੇ ਆਓ। ਅਤੇ ਐਸਾ ਮੂੜ ਬੋਹਿਓ ਬਾਮ, ਜਿਹਦੀ ਘਰ ਵਾਲੀ ਨੂੰ ਮੋਹਿਆ ਹੋਇਆ ਹੈ, ਆਪਣੇ ਪਰਿਵਾਰ ਪਿਆਰ ਦੇ ਮੋਹ ਵਿੱਚ ਕਲਤਾਨ ਕੀਤਾ ਹੋਇਆ ਹੈ। ਅਧਿਕਾਰ ਨਹਿ ਤੈ ਸ਼ਾਸਤਰ ਕੋ ਸੋ ਭਜੇ ਨਿਤ ਸ੍ਰੀ ਰਾਮ। ਅਧਿਕਾਰ ਨਹਿ ਤਿਹ, ਤਹਿ ਪਾਠ ਨਹੀਂ ਹੈ, ਤਿਹ ਗੁਰਬਾਣੀ 'ਚ ਆਉਂਦਾ ਨਾ, ਜਿਹੇ ਪ੍ਰਸਾਦ ਅਤੇ ਤਿਹ ਪ੍ਰਸਾਦ। ਜਿਹੇ ਕਹਿੰਦੇ ਜਿਸ ਦੀ ਕਿਰਪਾ ਸਦਕਾ, ਤਿਹ ਕਹਿੰਦੇ ਉਸ ਨੂੰ। ਜੇ ਬੋਲਾਂਗੇ ਤਹਿ, ਤਹਿ ਬਣ ਜਾਏਗੀ ਜਗ੍ਹਾ, ਜਹ ਤਹਿ ਤਿਹ, ਉਸ ਬੰਦੇ ਨੂੰ ਅਧਿਕਾਰ ਨਹੀਂ। ਅਧਿਕਾਰ ਕਹਿੰਦੇ ਬਈ ਅਧਿਕਾਰੀ ਲੋੜਵੰਦ, ਉਹ ਬੰਦਾ ਸ਼ਾਸਤਰ ਨਾ ਪੜ੍ਹੇ, ਧਰਮ ਗ੍ਰੰਥ ਨਾ ਪੜ੍ਹੇ, ਉਹਨੂੰ ਕੋਈ ਅਧਿਕਾਰ ਨਹੀਂ। ਅਤੇ ਸੋ ਭਜੇ, ਉਹ ਕਰੇ ਕੀ, ਰੱਬ ਦਾ ਭਜਨ ਕਰੇ ਬਸ। ਵਾਹਿਗੁਰੂ, ਰੱਬ ਦਾ ਭਜਨ ਆਪਣੇ ਘਰ ਬੈਠ ਕਰੇ, ਉਹਦੇ ਲਈ ਇਹੀ ਚੰਗਾ ਹੈ। ਸੋਰਠਾ ਜਿਹੇ ਨਿਜ ਮਤ ਕਛ ਨਾਹੀ ਸ਼ਾਸਤਰ ਤਿਹੇ ਕੋ ਕਿਆ ਕਰੇ। ਜਿਹਦੀ ਆਪਣੀ ਬੁੱਧੀ ਨਹੀਂ, ਜਿਹਨੇ ਮੈਡੀਕਲ ਲੈਣੀ ਹੈ, ਐਮ ਡੀ ਕਰਨੀ ਹੈ, ਉਹਦੀ ਬੁੱਧੀ ਇਹਨੀ ਹੈ ਨਹੀਂ, ਅਤੇ ਮੈਡੀਕਲ ਪੜ੍ਹਾਈ ਕੀ ਕਰਕੇ ਉਹਦੀ, ਇੰਨੇ ਮੋਟੇ ਮੋਟੇ ਕਿਤਾਬਾਂ ਕੀ ਕਰਨਗੀਆਂ। ਇਸੇ ਤਰ੍ਹਾਂ ਜਿਹਦੀ ਬੁੱਧੀ ਹੈ ਨਹੀਂ, ਧਰਮ ਗ੍ਰੰਥ ਕੀ ਕਰਨਗੇ ਉਹਦੇ ਲਈ। ਧਰਮ ਗ੍ਰੰਥ ਤਾਂ ਇਹ ਗਿਆਨ ਦਾ ਸੋਮਾ ਹੈ ਨਾ, ਉਹ ਅੰਦਰੋਂ ਕੱਢਣਗੇ, ਪਹਿਲਾਂ ਬੁੱਧੀ ਹੋਵੇਗੀ ਨਾ। ਰੱਬ ਨੇ ਜਿਹਨੂੰ ਜਿਤਨੀ ਬੁੱਧੀ ਦੀ ਬਖਸ਼ਿਸ਼ ਕੀਤੀ ਹੈ, ਅਤੇ ਉਤਨਾ ਹੀ ਉਹ ਗਿਆਨ ਪ੍ਰਾਪਤ ਕਰਦਾ ਹੈ। ਨਿਜ ਮਤ, ਜਿਹਦੀ ਆਪਣੀ ਬੁੱਧੀ ਨਹੀਂ, ਜਿਹੇ ਜਿਸ ਦੀ ਕਛ ਨਹਿ ਨਾਹੇ, ਕੁਛ ਨਹੀਂ ਹੈ, ਸ਼ਾਸਤਰ ਤਿਹ ਕੋ ਕਿਆ ਕਰੇ। ਸ਼ਾਸਤਰ ਧਰਮ ਗ੍ਰੰਥ ਇਹ ਕਿਤਾਬ ਹੈ, ਗ੍ਰੰਥ ਹੈ, ਕੀ ਕਰੇਗਾ ਉਹਦੇ ਲਈ। ਹੁਣ ਜਿਹਦੀ ਸਮਝ ਨਹੀਂ ਆ ਰਿਹਾ, ਸਮਝ 'ਚ ਆਵੇਗਾ ਉਹਦੇ ਲਈ ਨਾ ਗ੍ਰੰਥ, ਅਤੇ ਜਿਹਦੀ ਸਮਝ ਵਿੱਚ ਨਹੀਂ ਆਇਆ, ਜਿਹਦੀ ਬੁੱਧੀ ਐਸੀ ਹੈ ਨਹੀਂ, ਉਹਦਾ ਧਿਆਨ ਪੈਸੇ ਕਮਾਉਣ ਵਿੱਚ ਹੈ ਜਾਂ ਹੋਰ ਗੱਲਾਂ ਵਿੱਚ ਹੈ। ਲੋਚਣ ਬਿਨ ਜੋ ਆਹੇ ਪ੍ਰਤੀਬਿੰਬੇ ਕਿਆ ਕਰੇ ਤੇ। ਜਿਹੜਾ ਲੋਚਨ ਕਹਿੰਦੇ ਅੱਖਾਂ, ਜਿਹਦੀ ਅੱਖਾਂ ਹੀ ਨਹੀਂ ਤੇ ਸ਼ੀਸ਼ਾ ਕੀ ਕਰੇਗਾ ਉਹਦੇ ਲਈ, ਉਹ ਅੰਨਾ ਬੰਦਾ। ਇਸ ਕਰਕੇ ਜਿਹਦੀ ਅੱਖਾਂ ਹੀ ਨਹੀਂ ਤੇ ਸ਼ੀਸ਼ਾ ਉਹਦੇ ਲਈ ਕੀ ਕਰੇਗਾ। ਇਸ ਕਰਕੇ ਬੰਦਿਆ, ਤੂੰ ਰੱਬ ਦਾ ਭਜਨ ਕਰ, ਜੇ ਤੇਰੇ ਕੋਲ ਮਤ ਬੁੱਧੀ ਨਹੀਂ, ਜੇ ਮਤ ਬੁੱਧੀ ਹੈ ਤਾਂ ਐਸੀ ਚਿੰਤਾ ਕੋਈ ਵੀ ਨਹੀਂ, ਤੇ ਫਿਰ ਰੱਬ ਦੀ ਪੜ੍ਹਾਈ ਕਰ ਜਾਂ ਧਰਮ ਗ੍ਰੰਥਾਂ ਦੀ ਪੜ੍ਹਾਈ ਕਰ, ਉਹ ਤੈਨੂੰ ਆਨੰਦ ਆਵੇਗੀ। ਇਹ ਅੱਜ ਦੇ ਪ੍ਰਕਰਨ ਵਿੱਚ ਵਿਦਵਾਨ ਜਨ ਹਰਦਿਆਲ ਜੀ ਨੇ ਬਿਆਨ ਕੀਤਾ ਹੈ ਜੀ। ਆਪ ਨੇ ਇਤਨੀ ਬੇਨਤੀ ਪ੍ਰਵਾਨ ਕਰਨੀ, ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।